ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸਟਾਫ ਰਿਪੋਰਟਰ ਜੱਸੀ ਬਾਈ ਵੱਲੋਂ ਸਵਾਗਤ। ਅੱਜ ਆਪਾਂ ਸਿੱਧਾ ਪੇਟ ਹੋਸਪਿਟਲ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਬੱਚਾ ਦਾਖਲ ਕੀਤਾ ਜਿਸ ਨੂੰ ਗਿੱਦੜਵਿੰਡੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਾਸਟਰਾਂ ਵੱਲੋਂ ਬੜੇ ਹੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਸ ਬੱਚੇ ਨੂੰ ਪੁੱਛਦਾ ਵੀ ਕੀ ਹੋਇਆ ਉਹਦੇ ਨਾਲ। ਬੱਚੇ ਦੱਸੀ ਜਰਾ ਕੀ ਹੋਇਆ ਤੈਨੂੰ? ਅਸੀਂ ਬਾਥਰੂਮ ਜਾਂਦੇ ਸੀ ਅਤੇ ਸਾਨੂੰ ਸ਼ਰਟ ਬਾਹਰ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਕੋਲ ਬੁਲਾਇਆ ਅਤੇ ਸਾਨੂੰ ਅੰਦਰ ਇੱਕ ਕਮਰੇ ਵਿੱਚ ਬੰਦ ਕਰਕੇ ਕੁੱਟਿਆ ਗਿਆ ਬੇਵਜ੍ਹਾ। ਤੇ ਮੇਰੀ ਗੱਲ ਸੁਣੋ, ਜਿਹੜੇ ਤੇਰੇ ਹੱਥੇ ਸਾਡੇ ਮਾਟਰਾਂ ਮਾਰੀ ਹੈ? ਹਾਂਜੀ, ਮਾਟਰਾਂ ਨੇ। ਕੀ ਹੋਇਆ ਇੱਥੇ? ਇੱਥੇ ਡੰਡਾ ਮਾਰਿਆ, ਗੁੱਟ ਕ੍ਰਿਕ ਹੋ ਗਿਆ। ਗੁੱਟ ਕ੍ਰਿਕ? ਹਾਂਜੀ। ਤੇ ਜਿਹੜੇ ਤੇਰੇ ਹੋਰ ਵੀ ਕਿਤੇ ਸੱਟਾਂ ਹੈਗੀਆਂ ਜੀ? ਦਿਖਾ। ਪੱਟਾਂ ਲੱਗੀਆਂ ਕੰਮ ਤੇ ਪੱਟਾਂ। ਹਾਂ, ਦਿਖਾਈਆਂ ਜਾ ਰਹੀਆਂ ਜਿਹੜੀਆਂ ਸੱਟਾਂ, ਮੁੰਡੇ ਦੇ ਲਾਸ਼ਾਂ ਖੜੀਆਂ, ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਬੱਚੇ ਨੂੰ। ਤੇ ਜੋ ਇਹ ਮਾਸਟਰਾਂ ਦਾ ਤਸੱਦਦ ਹੈ, ਕਿਵੇਂ ਨਾ ਕਿਵੇਂ ਸਰਕਾਰ ਨੂੰ, ਆਪਣੇ ਚੈਨਲ ਰਾਹੀਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਕਿ ਸਰਕਾਰ ਨੂੰ ਇਹ ਚਾਹੀਦਾ, ਇਹ ਟੀਚਰਾਂ ਨੂੰ ਸਭ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਹੋਰ ਕਿਤੇ ਸੱਟਾਂ ਤੇਰੇ? ਕੰਨ ਤੇ ਥੱਪੜ ਮਾਰੀ ਗਈ, ਸੁਣਦਾ ਬਿਲਕੁਲ ਨਹੀਂ ਹੈ। ਤੁਸੀਂ ਕੀ ਲੱਗਦੇ ਜੀ? ਤੁਸੀਂ ਜਦੋਂ ਸਕੂਲ ਗਏ ਸੀ ਇਹਦੇ ਵਿੱਚ? ਹਾਂਜੀ, ਗਿਆ ਸੀ ਜੇ ਸਕੂਲ ਗਿਆ। ਇਸ ਮੁੰਡੇ ਨੂੰ ਕਿਹਾ ਵੀ ਸਕੂਲ ਚੱਲ ਕੇ, ਇਹਨੇ ਦੱਸਿਆ ਵੀ ਮੈਨੂੰ ਫਿਰ ਕੁੱਟਣਗੇ ਮਾਸਟਰ। ਅਸੀਂ ਕੱਢਣ ਵਾਸਤੇ ਗਏ ਸਕੂਲ ਜਦੋਂ ਬੱਚੇ ਨੂੰ, ਅਤੇ ਅਸੀਂ ਉਹਨਾਂ ਮਾਸਟਰਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਕਿਹੜੀ ਵਜ੍ਹਾ ਤੋਂ ਕੁੱਟਿਆ, ਕੀ ਕਸੂਰ ਆ? ਅਸੀਂ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਸੀ ਕਿਹੜੀ ਵਜ੍ਹਾ ਹੈਗੀ। ਫਿਰ ਅਸੀਂ ਪ੍ਰਿੰਸੀਪਲ ਕੋਲ ਗਏ, ਪ੍ਰਿੰਸੀਪਲ ਕਹਿੰਦਾ ਜੀ ਇਹ, ਮੈਂ ਉਸਨੂੰ ਹੱਥ ਫੜ ਕੇ ਕਹਿੰਦੀ ਦੇਖੋ ਇਸ ਦੇ ਆਪਣੇ ਮੁੰਡੇ ਦੇ ਕਿੰਨੀਆਂ ਸੱਟਾਂ ਹੈਗੀਆਂ। ਉਹ ਕਹਿੰਦਾ ਤੂੰ ਮੈਨੂੰ ਹੱਥ ਲਾਉਣ ਵਾਲਾ ਕੌਣ ਹੁੰਦਾ? ਮੈਂ ਕਿਹਾ ਜੀ ਤੁਸੀਂ ਸਾਡੇ ਮੌਕੇ ਦੇ ਅਫਸਰ ਆ, ਅੱਜ ਸਾਡੀ ਤੁਹਾਡੇ ਤੱਕ ਅਪੀਲ ਆ, ਤੁਸੀਂ ਸਾਡੀ ਗੱਲ ਤਾਂ ਸੁਣੋ ਤਾਂ ਸਹੀ। ਕਹਿੰਦੇ ਹੱਥ ਨਾ ਲਾਓ, ਨਿਕਲ ਜਾਓ ਬਾਹਰ ਸਕੂਲ ਤੋਂ। ਸਾਡੀ ਹਿੰਮਤ ਕੀ ਆ ਇੱਥੇ ਆਉਣ ਦੀ? ਅਸੀਂ ਕਿਹਾ ਜੀ ਤੁਸੀਂ ਸਾਡੇ ਬੱਚੇ, ਤੁਹਾਡੇ ਸਕੂਲ ਸਾਡੇ ਬੱਚੇ ਪੜ੍ਹਦੇ ਆ, ਅਸੀਂ ਤੁਹਾਨੂੰ ਕਹਿਣਾ ਮੌਕੇ ਦੇ ਵੱਡੇ ਅਫਸਰ। ਉਹ ਕਹਿੰਦੇ ਆਪਣੇ ਸਟਾਫ ਨੂੰ ਕਹਿੰਦੇ ਮਾਰ, ਧੱਕੇ ਮਾਰ ਕੇ ਬਾਹਰ ਕੱਢ ਦਿਓ। ਜਾਨੀ ਤੁਸੀਂ ਪ੍ਰਿੰਸੀਪਲ ਨਾਲ ਗੱਲ ਕੀਤੀ, ਪ੍ਰਿੰਸੀਪਲ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ? ਤੁਹਾਨੂੰ ਨਹੀਂ ਜੀ, ਕੋਈ ਵੀ ਨਹੀਂ ਦਿੱਤਾ। ਤੁਸੀਂ ਕੀ ਨਾਲ ਗਏ ਸੀ? ਤੁਸੀਂ ਕੀ ਲੱਗਦੇ ਨੇ? ਬੀਬੀ ਕਿਉਂ ਬੋਲ ਰਹੇ? ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਐਵੇਂ ਜਿੱਦਾਂ ਕਹਿੰਦੇ ਸੀ ਵੀ ਬੱਚਿਆਂ ਨੂੰ ਅਸੀਂ ਨਹੀਂ ਮਾਰਿਆ। ਅਸੀਂ ਜਦੋਂ ਬੋਲੇ ਵੀ ਬੱਚੇ ਨੂੰ ਕੀ ਗੱਲ ਗਲਤੀ ਕੀ ਬੱਚੇ ਦੀ ਹੈ, ਉਹ ਕਹਿੰਦੇ ਬੱਚੇ ਨੂੰ ਮਾਰੇ ਨਹੀਂ। ਅਤੇ ਅਸੀਂ ਜਦੋਂ ਕਹਿਣ ਲੱਗੇ ਬੱਚਿਆਂ ਨੂੰ ਧਮਕੀ ਦੇਣ ਲੱਗ ਗਏ ਸਾਨੂੰ, ਤੁਸੀਂ ਧੱਕਾ ਮੁੱਕੀ ਮਾਰਦੇ ਸੀ ਬਾਹਰ ਹੋ ਜਾਓ, ਜਾਂ ਫਿਰ ਮੂੰਹ 'ਚ ਬੱਚੇ ਨੂੰ ਕੁੱਟਿਆ। ਜਦੋਂ ਫਿਰ ਅਸੀਂ ਰੋਕਣ ਗਏ ਵੀ ਬੱਚੇ ਨੂੰ ਵੀ ਮਾਰਾ ਖਾਣ, ਸਾਨੂੰ ਗੱਲ ਪੈਣ ਲੱਗ ਗਈ, ਧੱਕਾ ਮੁੱਕੀ ਮਾਰਨ ਲੱਗ ਗਿਆ। ਫਿਰ ਉਹਨਾਂ ਨੇ ਬਾਰ ਬੰਦ ਕਰਤਾ, ਤੁਹਾਨੂੰ ਚੌਕੀ ਬਣਾਉਣੀ ਆ, ਕਾਫੀ ਅਧਿਕਾਰ ਹੈ ਸਕੂਲ 'ਚ ਬਣਨ ਦਾ। ਤੁਹਾਡੇ ਪ੍ਰਿੰਸੀਪਲ ਦਾ ਨਾਮ ਕੀ ਸੀ? ਅਰਪਿਤ ਸਿੰਘ। ਜਿਹੜੇ ਮਾਸਟਰ ਨੇ ਕੁੱਟਿਆ ਉਹਦਾ ਨਾਮ ਕੀ? ਮਨਪ੍ਰੀਤ ਸਿੰਘ। ਕੀ ਪੜਾਉਂਦਾ ਉਹ? ਐਸਐਸਟੀ ਸਾਇੰਸ। ਅੱਛਾ, ਇੱਕ ਆ ਸਕੂਲ ਦਾ ਬੱਚਾ ਹੋਰ ਖੜਾ ਹੈ, ਇਹਨੂੰ ਵੀ ਪੁੱਛਦਿਆਂ ਵੀ ਇਹਦੇ ਸਾਹਮਣੇ, ਤੇਰੇ ਸਾਹਮਣੇ ਕੋਈ ਗੱਲਬਾਤ ਹੋਈ ਸੀ ਬੱਚੇ ਨੂੰ? ਸਾਹਮਣੇ ਹੋਈ ਸੀ ਗੱਲਬਾਤ। ਅੱਛਾ, ਪਹਿਲਾਂ ਮੇਰੇ ਭਾਈ ਨੂੰ ਕੁੱਟਿਆ ਸੀ ਨਾ, ਉਦੋਂ ਮੈਂ ਡੈਡੀਆਂ ਨੇ ਨਾਲ ਹੀ ਗਿਆ ਸੀਗਾ, ਕਹਿੰਦੇ ਤੁਸੀਂ ਸਕੂਲ ਤੋਂ ਬਾਹਰ ਹੋ ਜਾ, ਅੱਜ ਸਵੇਰੇ ਗਿਆ ਸੀ ਸਕੂਲ ਵਿੱਚ ਹਾਜ਼ਰ ਹੋਇਆ ਸੀ, ਸਰ ਕਹਿੰਦੇ ਤੁਸੀਂ ਸਕੂਲ ਤੋਂ ਬਾਹਰ ਰਹੇ, ਤੁਸੀਂ ਵੀ ਉਹਨਾਂ ਦੇ ਨਾਲ ਹੀ ਸੀਗੇ, ਸਾਡਾ ਵੀ ਅੱਜ ਨਾ ਕੱਟ ਸਕੂਲ ਤੋਂ ਬਾਹਰ ਖੜਤਾ। ਅੱਜ ਨਾ ਸਕੂਲ ਵਿੱਚ ਧਮਕੀਆਂ ਵੀ ਦਿੰਦੇ ਸੀਗੇ, ਕਹਿੰਦੇ ਅਸੀਂ ਇੱਦਾਂ ਹੀ ਸਕੂਲ 'ਚ ਕੁੱਟਣਾ ਬੱਚਿਆਂ ਨੂੰ, ਜਿਵੇਂ ਆਪਣਾ ਨਾ ਕਟਾਉਣਾ ਕਟਾ ਲਓ ਇੱਥੋਂ ਚਲੇ ਜਾਓ, ਅਤੇ ਨਾਲ ਧਮਕੀਆਂ ਦਿੰਦੇ ਸੀਗੇ ਜੀ, ਕਹਿੰਦੇ ਕਿੱਧਰ ਵਜੇ ਦੇ ਕੇ ਜੇ ਕਣੀ ਵਾਲੇ ਨੂੰ ਪੜਾ ਪੜਾਉਣਾ ਨਹੀਂ, ਕਹਿੰਦੇ ਸੀ ਇੱਦਾਂ। ਕਿਉਂ ਕੰਨੀ ਵਾਲੇ ਨੂੰ ਕਿਉਂ ਨਹੀਂ ਪੜਾਉਣਾ, ਕੰਨੀ ਵਾਲੇ ਨੂੰ ਖਰਾਬ ਕਰਦੇ? ਨਹੀਂ ਜੀ, ਉਹ ਇੱਦਾਂ ਕਹਿੰਦੇ ਸੀਗੇ, ਕਹਿੰਦੇ ਮਾਂ ਆਪਣੇ ਮਾਂ ਪਿਓ ਨੂੰ ਲੈ ਕੇ ਆ ਜਾਂਦਾ, ਕਿਸੇ ਗੁੰਡਾ ਗਰਦੀ ਕਰਦੇ ਆ, ਇਸ ਕਰਕੇ ਨਹੀਂ ਪੜਾਉਣਾ, ਨਹੀਂ ਪੜਾਉਣਾ। ਇਹ ਸਨ ਜਿਹੜੇ ਸਕੂਲ ਦੇ ਵਿੱਚ ਜਿਹੜੇ ਬੱਚੇ ਵੱਲੋਂ ਬੱਚੇ ਨੂੰ ਜੋ ਤਸੱਦਦ ਕੀਤਾ ਗਿਆ, ਬੱਚੇ ਦੇ ਬਿਆਨੀ ਸੁਣਿਆ। ਆਪਾਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਉਸ ਮਾਸਟਰ ਦੇ ਉੱਤੇ, ਉਸ ਟੀਚਰ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਉਹਦੇ ਮਾਂ ਪਿਓ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ। ਹਾਂਜੀ, ਤੁਸੀਂ ਕੀ ਮੰਗ ਕਰਦੇ ਹੋ? ਟੀਚਰ ਨੂੰ ਤਾਂ ਵਿੱਚ ਬਾਹਰ ਕੱਢਣਾ ਚਾਹੀਦਾ ਸਕੂਲ 'ਚ, ਜਾਂ ਹੋਣਾ ਨਹੀਂ ਚਾਹੀਦਾ ਟੀਚਰ ਜਿਹੜਾ ਬੱਚਿਆਂ ਨੂੰ ਨਜਾਇਜ਼ ਕੁੱਟਮਾਰ ਕਰੇ। ਬੇਕਸੂਰੇ ਬੱਚੇ ਨੂੰ ਮਾਰਿਆ ਗਿਆ ਹੈ, ਉਸਨੇ ਕੋਈ ਗਲਤੀ ਨਹੀਂ ਬੱਚੇ ਦੀ ਕੋਈ। ਤੁਸੀਂ ਉਹਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਚਾਹੁੰਦੇ ਜੀ ਚਾਹੁੰਦੇ ਆ ਕਿ ਸਕੂਲ ਬਾਹਰ ਕੀਤਾ ਜਾਵੇ, ਮਾਸਟਰ ਨੂੰ ਸਕੂਲੋਂ ਬਾਹਰ ਕੱਢਿਆ ਜਾਵੇ। ਇਸ ਬੱਚੇ ਦੇ ਮਾਂ ਬਾਪ ਜਿਨ੍ਹਾਂ ਨੇ ਦੱਸਿਆ ਕਿ ਵੀ ਮਾਸਟਰ ਨੇ ਜੋ ਤਸੱਦਦ ਕੀਤਾ ਉਸਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਸਟਾਫ ਰਿਪੋਰਟਰ ਜਸਵੀਰ ਸਿੰਘ ਦੇ ਨਾਲ ਕੈਮਰਾਮੈਨ ਸੰਦੀਪ ਸਿੰਘ, ਪੰਜਾਬੀ ਐਕਟਿਵ ਟੀਵੀ।